ਜੀ ਗੱਲ ਕੈਨੇਡਾ ਤੇ ਅਮਰੀਕਾ ਦੀ ਕੀਤੀ ਜਾਵੇ ਤਾਂ ਉੱਥੇ ਚੰਗਾ ਫੈਡਰਲ ਸਟਰਕਚਰ ਹੈਗਾ ਆ ਕਿ ਇਦਾਂ ਦਾ ਸਾਡੇ ਮੁਲਕ ਦੇ ਵਿੱਚ ਵੀ ਹੋ ਸਕਦਾ ਆ ਦੇਖੋ ਇਹੀ ਤਾਂ ਸਭ ਤੋਂ ਵੱਡੀ ਗੱਲ ਆ ਜਿਹੜੀਆਂ ਤੁਸੀਂ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਹੋ ਲੋਕਤੰਤਰ ਦੀ ਤਾਕਤ ਕੀ ਹੁੰਦੀ ਹੈਗੀ ਕਿ ਦੁਨੀਆ ਉਹਨੂੰ ਸੈਲੀਬ੍ਰੇਟ ਕਰਦੀ ਆ ਦੁਨੀਆ ਉਹਨੂੰ ਕਹਿੰਦੀ ਆ ਕਿ ਯਾਰ ਆਹ ਮਾਡਲ ਭਾਰਤ ਦਾ ਮਾਡਲ ਆ ਅਸੀਂ ਜਦੋਂ ਵੈਸਟ ਦੀ ਗੱਲ ਕਰਦੇ ਆ ਉੱਥੇ ਵੀ ਕੋਈ ਅਲਟੀਮੇਟ ਫੈਡਰਲਿਜ਼ਮ ਨਹੀਂ ਆ ਰੀਅਲ ਫੈਡਰਲਿਜ਼ਮ ਉੱਥੇ ਵੀ ਉਸ ਰੂਪ 'ਚ ਨਹੀਂ ਆ ਪਰ ਫਿਰ ਵੀ 70% 70 75% 80% ਉਹਨਾਂ ਨੇ ਠੀਕ ਰੱਖਿਆ ਹੋਇਆ ਕੰਮ ਅਮਰੀਕਾ ਦਾ ਵੀ ਫੈਡਰਲਿਜ਼ਮ ਆ ਜਿਹੜਾ ਕੈਨੇਡਾ ਦਾ ਵੀ ਫੈਡਰਲਿਜ਼ਮ ਆ ਉੱਥੇ ਵੀ ਬਹੁਤ ਸਾਰੇ ਨੇਗੇ ਕਯੂਬੇਕਾ ਹੋਰ ਆ ਜਿਨ੍ਹਾਂ ਦੀ ਲੜਾਈ ਚੱਲ ਰਹੀ ਹੈਗੀ ਉੱਥੇ ਵੀ ਕੋਈ ਪੂਰਾ ਸੈਟੀਸਫਾਈਡ ਨਹੀਂ ਹੈ ਉੱਥੇ ਵੀ ਧੱਕੇ ਹੁੰਦੇ ਨੇ ਯੂਰਪ ਦੇ ਅੰਦਰ ਵੀ ਕੈਟਲਨ ਦੇ ਅੰਦਰ ਔਰ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਦੇਖਿਆਗਾ ਕਿ ਜਿੱਥੇ ਰੈਫਰੈਂਡਮ ਵੀ ਹੋ ਗਿਆ ਉਸ ਤੋਂ ਬਾਅਦ ਕਬਜ਼ਾ ਕਰ ਲਿਆ ਪੁਲਿਸ ਨੇ ਆ ਕੇ ਕੈਟਲੋਨੀਆ ਦੇ ਅੰਦਰ ਅਸੀਂ ਦੁਨੀਆ ਭਰ ਚ ਲੜਾਈਆਂ ਦੇਖਿਆ ਨੇ ਫੈਡਰਲਿਜ਼ਮ ਦੀਆਂ ਦੁਨੀਆ ਭਰ ਚ ਲੜਾਈਆਂ ਕਿਊਬੇਕ ਦੇ ਅੰਦਰ ਲੜਾਈ ਚੱਲ ਰਹੀ ਹੈ ਆਪਦੇ ਧਾਰਮਿਕ ਚਿੰਨਾ ਨੂੰ ਲੈ ਕੇ ਹੋਰ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਉੱਥੇ ਵੀ ਕੋਈ ਨਹੀਂ ਪਰ ਉੱਥੇ ਦੁਨੀਆ ਦਾ ਮਤਲਬ ਜੇ ਕੰਪੈਰੀਜ਼ਨ ਕਰਨਾ ਹੋਵੇ ਪੂਰੀ ਦੁਨੀਆ ਦਾ ਮੁਕਾਬਲ ਤਨ ਉਹ ਸਭ ਤੋਂ ਵਧੀਆ ਹੈਗਾ ਉੱਥੋਂ ਦਾ ਸਟਰਕਚਰ ਸਭ ਤੋਂ ਵਧੀਆ ਉਹ ਰਾਜਾਂ ਨੂੰ ਅਧਿਕਾਰਾਂ ਦਾ ਮਸਲਾ ਰਾਜਾਂ ਕੋਲ ਰੀਅਲ ਅਧਿਕਾਰ ਨੇ ਕਿਸੇ ਉੱਥੋਂ ਦੇ ਜਿਹੜਾ ਪ੍ਰੀਮੀਅਰ ਆ ਜਿਹੜਾ ਉੱਥੋਂ ਦਾ ਮੁਖੀ ਹੈ ਉਹਦੇ ਕੋਲ ਪੂਰਾ ਅਧਿਕਾਰ ਆ ਆਪਦੀ ਸਟੇਟ ਨੂੰ ਇੱਥੇ ਤਾਂ ਮਿੰਟਜ ਦੀ ਪੰਗੇ ਪੈ ਜਾਂਦੇ ਨੇ ਸੀਬੀਆਈ ਭੇਜਤੀ ਈਡੀ ਭੇਜਤੀ ਸਭ ਤੋਂ ਸੌਖਾ ਕੰਮ ਕੀ ਆ ਜਿਹਨੂੰ ਤੰਗ ਕਰਨਾ ਨੂੰ ਸੀਬੀਆਈ ਭੇਜ ਦਿਓ ਈਡੀ ਭੇਜ ਦਿਓ ਇਹੀ ਕੰਮ ਇੰਦਰਾ ਗਾਂਧੀ ਕਰਦੇ ਹੁੰਦੇ ਸੀ ਜਿਹੜੀ ਗੱਲ ਕਹਿੰਦੇ ਸੀ ਤੋਤੇ ਦਾ ਪਿੰਜਰਾ ਸੀਬੀਆਈ ਤੇ ਉਹ ਤਾਂ ਹੁਣ ਤੋਤਾ ਹੋਰ ਵੀ ਜ਼ਿਆਦਾ ਹੱਥੀ ਫੜ ਲਿਆ ਤੋਤਾ ਬੀਜੇਪੀ ਨੇ ਤਾਂ ਉੱਥੇ ਚੀਜ਼ਾਂ ਹੈਗੀਆਂ ਨੇ ਮੈਂ ਨਹੀਂ ਕਹਿੰਦਾ ਅਲਟੀਮੇਟ ਫੈਟਲਿਜ਼ਮ ਉੱਥੇ ਹੈਗਾ ਪਰ ਵਾਕਈ ਉੱਥੇ ਹੈ ਫੈਟਲਿਜ਼ਮ ਤੇ ਸਾਡੇ ਤਾਂ ਇੱਥੇ ਨਾਰਾ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਕੋਆਪਰੇਟਿਵ ਫੈਟਲਿਜ਼ਮ ਦਾ ਤੇ ਹੈ ਕਿਤੇ ਵੀ ਨਹੀਂ ਇਸ ਕਰਕੇ ਜਦੋਂ ਇਹ ਚੀਜ਼ਾਂ ਤੁਸੀਂ ਨਹੀਂ ਕਰੋਗੇ ਜਦੋਂ ਮੈਂ ਕਹਿੰਦਾ ਹੂੰ ਅਕਸਰ ਸਰਕਾਰਾਂ ਕੀ ਕਰਦੀਆਂ ਨੇ ਪੀਆਰ ਲਈ ਪੈਸਾ ਖਰਚ ਕਰਦੀਆਂ ਨੇ ਕਿ ਅਸੀਂ ਬਹੁਤ ਵਧੀਆ ਹਾਂਗੇ ਜੇ ਤੁਸੀਂ ਵਧੀਏ ਹੋ ਜੋ ਕਹਿਣ ਦੀ ਲੋੜ ਆ ਉਹ ਦੀ ਜੇ ਤੁਸੀਂ ਸੱਚੀਓਂ ਵਧੀਆ ਤੁਹਾਨੂੰ ਕਹਿਣ ਦੀ ਲੋੜ ਪਊ ਮੈਂ ਵਧੀਆ ਜੇ ਮੈਂ ਕਿਤੇ ਜਾ ਰਿਹਾ ਸੀ ਕਿਸੇ ਨੇ ਕਿਹਾ ਤੁਹਾਡੀ ਗੱਡੀ ਪਿੱਛੇ ਕਿਉਂ ਨਹੀਂ ਲਿਖਿਆ ਆਈ سپورਟ ਫਾਰਮਰ ਮੈਂ ਕਿਹਾ ਜੀ ਕਿਉਂਕਿ ਅਸੀਂ سپورਟ ਕਰ ਹੀ ਰਹੇ ਹਾਂਗੇ ਸਾਨੂੰ ਲਿਖਣ ਦੀ ਕੀ ਲੋੜ ਹੈਗੀ ਜੇ ਅਸੀਂ ਨਹੀਂ ਕਰ ਰਹੇ ਹਾਂਗੇ ਸਾਨੂੰ ਤਾਂ ਲਿਖਣ ਦੀ ਲੋੜ ਲਿਖ ਬੋਲ ਕੇ ਜਾਂ ਲਿਖ ਕੇ ਕੋਈ ਗੱਲ ਕਿਉਂ ਕਹਿਣੀ ਪੈਂਦੀ ਹੈ ਕਈ ਵਾਰ ਤਾਂ ਇਸ ਕਰਕੇ ਜੇ ਕੋਈ ਸੱਚੀਓ ਕਰ ਰਿਹਾ ਹੋਊਗਾ ਜੇ ਹੋ ਰਿਹਾ ਹੋਊਗਾ ਤਾਂ ਤੁਹਾਨੂੰ ਰੀਅਲ ਫੈਟਲਿਜ਼ਮ ਕਹਿਣ ਦੀ ਲੋੜ ਨਹੀਂ ਹੈਗੀ ਤਾਂ ਤੁਹਾਨੂੰ ਇਹ ਚੀਜ਼ਾਂ ਕਹਿਣ ਦੀ ਲੋੜ ਨਹੀਂ ਹੈਗੀ ਕਿ ਕੋਪਰੇਟਿਵ ਆਫ ਫੈਟਲਿਜ਼ਮ ਆਗਾ ਤਾਂ ਉਹਨਾਂ ਮੁਲਕਾਂ ਦੇ ਅੰਦਰ ਉਹਨਾਂ ਨੇ ਉਹ ਸਿਸਟਮ ਦਿੱਤਾ ਅਗਰ ਇੱਥੇ ਵੀ ਅਸੀਂ 80 90% ਦੇਖੋ ਅਲਟੀਮ ਲੋਕਤੰਤਰ ਚ ਅਲਟੀਮੇਟ ਕੁਝ ਨਹੀਂ ਹੁੰਦਾ ਜ਼ਿੰਦਗੀ ਚ ਵੀ ਅਲਟੀਮੇਟ ਕੁਝ ਨਹੀਂ ਹੁੰਦਾ ਜ਼ਿੰਦਗੀ ਵੀ ਕਦੇ ਮੈਕਸਿਮਮ ਨਹੀਂ ਹੁੰਦੀ ਬੰਦਾ ਵੀ ਕਦੇ ਮੈਕਸਿਮਮ ਨਹੀਂ ਹੁੰਦਾ ਲੋਕਤੰਤਰ ਵੀ ਕਦੇ ਮੈਕਸਿਮਮ ਨਹੀਂ ਹੋ ਸਕਦਾ ਸਮਾਜ ਵੀ ਕਦੇ ਮੈਕਸਿਮਮ ਨਹੀਂ ਹੁੰਦਾ ਮਿਨਿਮਮ ਅੰਡਰਸਟੈਂਡਿੰਗ ਤਾਂ ਹੋਵੇ ਨਾ ਮਿਨਿਮਮ ਚੀਜ਼ਾਂ ਤਾਂ ਹੋਣ ਮੈਕਸਿਮਮ ਕੁਝ ਵੀ ਨਹੀਂ ਹੁੰਦਾ ਦੁਨੀਆ ਤੇ ਮਿਨਿਮਮ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਹਰ ਮਸਲੇ ਦੇ ਉੱਤੇ ਜੇ ਤੁਸੀਂ ਘੱਟੋ-ਘੱਟ ਵੀ ਚੀਜ਼ਾਂ ਨੂੰ ਠੀਕ ਕਰ ਦੋ ਤਾਂ ਸਟੇਟ ਨੂੰ ਲੋਕ ਕਹਿੰਦੇ ਆ ਠੀਕ ਸਟੇਟ ਆ ਇਹ ਵੈਲਫੇਅਰ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਦੁਨੀਆ 'ਚ ਮੋਦੀ ਜੀ ਕਿ ਅਸੀਂ ਬਹੁਤ ਵਧੀਆ ਹਾਂਗੇ ਸਾਡਾ ਮੁਲਕ ਬਹੁਤ ਵਧੀਆ ਹੈ ਜਦੋਂ ਤੁਸੀਂ ਵਧੀਆ ਹੋਵੋਗੇ ਲੋਕ ਮੰਨਣਗੇ ਤੋੜਾ ਸਿਸਟਮ ਵਧੀਆ ਜੇ ਤੁਸੀਂ ਰਾਈਟ ਦਿਓਗੇ ਕਿ ਬੋਲੋ ਯਾਰ ਜੋ ਬੋਲਣਾ ਅਸੀਂ ਐਵੇਂ ਨਹੀਂ ਟਵਿੱਟਰ ਦੇ ਇੰਡੀਆ ਦੇ ਆਫਿਸ ਜਾ ਕੇ ਰੇਡ ਕਰਦਾਂਗੇ ਅਸੀਂ ਐਵੇਂ ਨਹੀਂ ਸਟੇਟਾਂ ਦੇ ਅੰਦਰ ਧੱਕੇ ਨਾਲ ਹੀ ਇੰਟਰਵਿਊ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਅਟੈਕ ਇਹੀ ਹੈ ਕਿ ਜੁੜਾ ਸਟੇਟ ਦੇ ਹੱਥ ਹੈ ਹੀ ਨਹੀਂ ਉਹ ਕਰਤਾ ਇਹ ਫੈਡਰਲਿਜ਼ਮ ਦੇ ਉੱਤੇ ਵੱਡਾ ਅਟੈਕ ਸਭ ਤੋਂ ਵੱਡਾ ਕਿਸਾਨ ਅੰਦੋਲਨ ਦਾ ਜਿਹੜਾ ਸਾਰਾ ਰੌਲਾਗਾ ਜਿਹੜੇ ਸਾਰੇ ਬਿੱਲ ਨੇ ਉਹ ਫੈਡਰਲ ਸਟਰਕਚਰ ਦੀ ਭਾਵਨਾ ਦੇ ਅਗੇਂਸਟ ਨੇ ਮੈਂ ਉਹ ਗੱਲ ਲੜਾਈ ਉੱਥੋਂ ਸ਼ੁਰੂ ਕਰ ਰਿਹਾ ਜਿੱਥੋਂ ਮੱਲੋ ਪੰਜਾਬ ਦੇ ਅੰਦਰ ਹਿਸਟਰੀ ਚ ਆਪਾਂ ਚੱਕ ਰਿਆਂ ਸਾਰੀਆਂ ਚੀਜ਼ਾਂ ਤੇ ਆ ਕੇ ਕਿੱਥੇ ਜੁੜਦੀ ਹੈ ਉਹ ਕਿਸਾਨ ਅੰਦੋਲਨ ਨਾਲ ਪੰਜਾਬ ਦੀ ਵੰਡ ਤੋਂ ਪਹਿਲਾਂ ਵੰਡ ਤੋਂ ਬਾਅਦ ਤੋਂ ਬਾਅਦ ਆ ਕੇ ਲੜਾਈ ਜੁੜਦੀ ਹੈਗੀ ਚਾਚਾਜੀਤ ਸਿੰਘ ਉਦੋਂ ਲੜ ਰਹੇ ਸੀ ਉਹ ਗੱਲਾਂ ਤੇ ਤੇ ਅੱਜ ਕਿਸਾਨ ਲੜ ਰਹੇ ਨੇ ਫੈਡਰਲਿਜ਼ਮ ਦੀ ਲੜਾਈ ਲੜ ਰਹੇ ਨੇ ਕਿਸਾਨ ਵੀ ਕਿਉਂਕਿ ਫੈਡਰਲ ਸਟਰਕਚਰ ਤੇ ਅਟੈਕ ਆ ਸੈਂਟਰ ਕੋਲੇ ਕੋਈ ਰਾਈਟ ਨਹੀਂ ਹੈਗਾ ਕਿ ਸੈਂਟਰ ਇਹ ਤੈਅ ਕਰੇ ਕਿ ਖੇਤੀਬਾੜੀ ਇਹ ਪੰਜਾਬ ਦਾ ਸਬਜੈਕਟ ਆ ਯਾਨੀ ਜੇ ਮੈਂ ਕਹਾਂ ਕਿ ਲਿਸਟ ਆ ਜਿਹਦੇ ਚ ਕੁਝ ਚੀਜ਼ਾਂ ਮੋਟੀਆਂ ਸੈਂਟਰ ਕੋਲੇ ਨੇ ਬਾਕੀ ਰਾਜਾਂ ਕੋਲੇ ਨੇ ਉਹ ਰਾਜ ਅਟਾਇਸ਼ ਕਰਨਗੇ ਐਗਰੀਕਲਚਰ ਰਾਜ ਨੇ ਡਿਸਾਈਡ ਕਰਨੀਆਂ ਇਹ ਰਾਜ ਦਾ ਵਿਸ਼ਾ ਇਹ ਪੰਜਾਬ ਦਾ ਵਿਸ਼ਾ ਇਹ ਹਰਿਆਣੇ ਦਾ ਵਿਸ਼ਾ ਇਹ ਰਾਜਸਥਾਨ ਦਾ ਵਿਸ਼ਾ ਨਾ ਕਿ ਮੋਦੀ ਸਰਕਾਰ ਦਾ ਇਹ ਸਭ ਤੋਂ ਵੱਡਾ ਅਟੈਕ ਫੈਡਰਲਿਜ਼ਮ ਦਾ ਇਸ ਗੱਲ ਦੇ ਉੱਤੇ ਹੋਇਆ ਤਾਂ ਜੇ ਤੁਹਾਡੇ ਕੋਲ ਵਾਕੇ ਰੀਅਲ ਫੈਡਰਲਿਜ਼ਮ ਹੋਏਗਾ ਜੇ ਤੁਹਾਡੇ ਕੋਲੇ ਵਾਕੇ ਕੋਆਪਰੇਟਿਵ ਫੈਡਰਲਿਜ਼ਮ ਕੋ ਨੂੰ ਕਹਿਣ ਦੀ ਲੋੜ ਨਹੀਂ ਫਿਰ ਤੁਹਾਨੂੰ ਆਪਣੀ ਦਿੱਖ ਬਣਾਉਣ ਲਈ ਅਰਬਾਂ ਰੁਪਏ ਖਰਚਣ ਦੀ ਲੋੜ ਨਹੀਂ ਜੇ ਤੁਸੀਂ ਚੰਗੇ ਹੋਵੋਗੇ ਲੋਕ ਚੰਗਾ ਮੰਨਣਗੇ ਕਿਸੇ ਦੇ ਕਹਿਣ ਨਾਲ ਤੁਸੀਂ ਮਾੜੇ ਨਹੀਂ ਹੋ ਜਾਓਗੇ ਇਸ ਕਰਕੇ ਜ਼ਰੂਰੀ ਹੈ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਧਿਆਨ ਦੇਵੇ ਫੈਡਰਲਿਜ਼ਮ ਦੀ ਲੜਾਈ ਦਾ ਹੀ ਮੈਂ ਤਾਂ ਹੀ ਆਪਾਂ ਡਿਸਕਸ ਕਰ ਰਹੇ ਸੀ ਕਿ ਇਸ ਬਹਾਨੇ ਕਹਿ ਰਹਾ ਤਾਂ ਉਹ ਚ ਇੱਕ ਮੋਰਾ ਨੇ ਰਾਜਨੀਤੀ ਦੇ ਅੰਦਰ ਬਹੁਤ ਸਾਰੇ ਲੋਕ ਰਾਜਨੀਤਿਕ ਸ਼ਤਰੰਜ ਉਸ ਤਰੰਜ ਦੇ ਅੰਦਰ ਬਹੁਤ ਸਾਰੇ ਲੋਕ ਪਿਆਦੇ ਨੇ ਬਹੁਤ ਸਾਰੇ ਰਾਜੇ ਨੇ ਰਾਣੀਆਂ ਨੇ ਸਭ ਕੁਝ ਹੈ ਪਰ ਮੇਨ ਲੜਾਈ ਕੀ ਹੈ ਮੇਨ ਲੜਾਈ ਉਹੀ ਸੀ ਕਿ ਪੰਜਾਬ ਦੇ ਅੰਦਰ ਹੈ ਜਾਂ ਕੋਈ ਲੀਡਰ ਇੱਕ ਨਹੀਂ ਦੇਖਿਆ ਪਿਛਲੇ ਦੌਰ ਦੇ ਅੰਦਰ ਜਿਹੜਾ ਵਾਕਈ ਫੈਡਰਲਿਜ਼ਮ ਦੀ ਲੜਾਈ ਕੰਸਿਸਟੈਂਸਲੀ ਲੜਦਾ ਹੋਵੇ ਲਗਾਤਾਰਤਾ 'ਚ ਲੜਦਾ ਹੋਵੇ ਤੇ ਇਮਾਨਦਾਰੀ ਨਾਲ ਲੜਿਆ ਹੋਵੇ ਤੇ ਖੜਾ ਹੋਵੇ ਕਿ ਮੈਂ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ ਇਸ ਕਰਕੇ ਨਹੀਂ ਲੜਦਾ ਕਿ ਮੈਨੂੰ ਸੱਤਾ ਚਾਹੀਦੀ ਆ ਜਾਂ ਮੈਂ ਐਮਐਲਏ ਬਣਨਾ ਜਾਂ ਮੈਂ ਮੰਤਰੀ ਬਣਨਾ ਕੋਈ ਇੱਕ ਲੀਡਰ ਵੀ ਆਏਗਾ ਲੋਕ ਹੱਥਾਂ ਤੇ ਚੱਕ ਲੈਣਗੇ